अस्सलाम वालेकुम दोस्तों, की हाल चाल। उम्मीद करते हैं सारे दोस्त भरा ठीक होंगे। जीर आज भाई रणजीत सिंह ढड्डियाले की वीडियो देखने लगे हैं, तो वीडियो का टाइटल है हू इज गुरु रविदास या भगत रविदास। भगत रविदास जी कौन है, वो कौन सन, सही हो गया। इस बारे वीडियो है तो आप हम वीडियो देखने हैं, तो उन्होंने बारे की कह रहे हैं ये आप हम वीडियो सुनते। कल एक फोन आया सानू, मैनू इटली तो एक सिंह ने गल की, उन्हें मैनू सवाल किया, कहिंदे जी तुहाडे चैनल वालिया ने भगत रविदास जी की एक फोटो पाई है उत्ते पग बन्नती, कहिंदे पग वाली फोटो क्यों पाई है, पग नहीं सी बन्ननी, उत्ते पग तो बिना उन्हां दी फोटो है। मैं पहला सवाल ते मैं कहा वीर जी पग बन्नदे नहीं सी, ये भी कोई सबूत नहीं, नैट दे उत्ते पगां वालियां फोटोआं भी हैगियां पगां तो बिना भी हैगियां। पहली गल ते फोटो वाला कॉन्सैप्ट ही गलत है, फोटो वाला कॉन्सैप्ट गलत है, चाहे गुरु नानक दी होवे चाहे किसी दी होवे, फोटो नहीं साडा सोच नाल मसला है। ते जे लाई भी मसला ए सी, हुण पग तो प्रॉब्लम है, उन्हां दे गल विच पाई माला तो प्रॉब्लम क्यों नहीं, भगत रविदास जी दे मत्थे ते लाए टिक्के तो प्रॉब्लम क्यों नहीं। भगत रविदास जी नूं एक बाबा बना के पेश कीता, ਉਹ ਤੇ ਕ੍ਰਾਂਤੀਕਾਰੀ ਯੋਧੇ ਸੀ। ਉਹ ਫੋਟੋ ਜਿਹੜੀ ਹੈ ਨਾ, ਸੁਣਨਾ ਧਿਆਨ ਨਾਲ, ਮੇਰਾ ਮੰਨਣਾ ਕਿ ਭਗਤ ਰਵਿਦਾਸ ਜੀ ਦੀ ਫੋਟੋ ਬਣੇ ਪਰ ਜੋੜਾ ਗੰਢਦਿਆਂ ਦੀ ਬਣੇ, ਕੰਮ ਕਰਦਿਆਂ ਦੀ ਬਣੇ, ਗੁਰੂ ਨਾਨਕ ਦੀ ਤਸਵੀਰ ਹਲ ਵਾਹੁੰਦਿਆਂ ਦੀ ਬਣੇ, ਕਬੀਰ ਜੀ ਦੀ ਤਸਵੀਰ ਖੱਟੀ ਬੁਣਦਿਆਂ ਦੀ ਬਣੇ, ਧੰਨਾ ਜੀ ਦੀ ਤਸਵੀਰ ਹੱਥ ਵਿੱਚ ਕਈ ਫੜ ਕੇ ਤੁਰੇ ਜਾਂਦਿਆਂ ਦੀ ਬਣੇ। ਜੇ ਤਸਵੀਰ ਬਣੇ ਤੇ ਇਦਾਂ ਦੀ ਬਣੇ, ਨਾ ਕਿ ਇੱਕ ਬਾਬੇ ਵਰਗੀ ਇਦਾਂ ਬਾਬਾ ਬਣਾ ਦਿੱਤਾ। ਭਗਤ ਰਵਿਦਾਸ ਜੀ ਮਹਾਰਾਜ ਨੂੰ, ਸਤਿਗੁਰੂ ਰਵਿਦਾਸ ਮਹਾਰਾਜ ਨੂੰ ਤੁਸੀਂ ਬਾਬਿਆਂ 'ਚ ਸ਼ਾਮਲ ਨਾ ਹੋਣ ਦਿਓ, ਕ੍ਰਾਂਤੀਕਾਰੀ ਯੋਧਿਆਂ 'ਚ ਸ਼ਾਮਲ ਹੋਣ ਦਿਓ ਜਿਨ੍ਹਾਂ ਨੂੰ ਪੜ੍ਹਿਆ ਜਾਵੇ। ਦੁਨੀਆਂ ਦੇ ਵਿੱਚ ਗੋਰਿਆਂ ਦੇ ਹੱਥ ਵਿੱਚ ਇੰਗਲਿਸ਼ ਟਰਾਂਸਲੇਟ ਕੀਤੀਆਂ ਹੋਈਆਂ ਬੁੱਕਸ ਹੋਣ, ਕਿਤਾਬਾਂ ਹੋਣ, ਕਹਿੰਦੇ ਫਲਾਣੇ ਨੂੰ ਪੜ੍ਹਿਆ, ਫਲਾਣੇ ਨੂੰ ਪੜ੍ਹਿਆ, ਗੱਲਾਂ ਕਹਵੇ ਨਾਨਕ ਜੀ ਨੂੰ ਪੜ੍ਹਿਆ, ਰਵਿਦਾਸ ਜੀ ਨੂੰ ਪੜ੍ਹਿਆ, ਉਹਨਾਂ ਦੇ ਵਿੱਚ ਨਾਮ ਹੋਵੇ, ਕਮਾਲ ਦੀ ਵਿਚਾਰਧਾਰਾ ਦੁਨੀਆ ਵੇਖੇ, ਇਹਨੂੰ ਕਹਿੰਦੇ ਆ ਭਗਤ ਰਵਿਦਾਸ। ਇਹ ਸੀ ਬਾਬਿਆਂ 'ਚ ਸ਼ਾਮਲ ਨਾ ਹੋਣ ਦਿਓ। ਗੁਰੂ ਨਾਨਕ ਨੂੰ ਵੀ ਸਿੱਖਾਂ ਨੇ ਬਾਬਾ ਬਣਾ ਦਿੱਤਾ, ਆਸ਼ੀਰਵਾਦ ਦੇਣ ਵਾਲਾ ਬਾਬਾ, ਤੇ ਭਗਤ ਰਵਿਦਾਸ ਜੀ ਨੂੰ ਵੀ ਉਹਨਾਂ ਨੇ ਆਸ਼ੀਰਵਾਦ ਦਿੱਤਾ, ਗਿਆਨ ਦਾ, ਸਮਝ ਦਾ, ਆ ਸ਼ਬਦ ਨੇ ਉਹਨਾਂ ਦਾ ਆਸ਼ੀਰਵਾਦ, ਨੌਲੇਜ ਜਿਹੜੀ ਉਹਨਾਂ ਨੇ ਦਿੱਤੀ ਹੈ ਇਹ ਆਸ਼ੀਰਵਾਦ ਹੈ, ਜਿਹਦਾ ਸਾਡੀ ਜ਼ਿੰਦਗੀ ਨੂੰ ਪਹਿਲਾਂ ਤੋਂ ਵੀ ਆਸ਼ੀਰਵਾਦ ਉਹਨਾਂ ਦਾ ਕੰਮ ਕਰਦਾ ਸੀ, ਅੱਜ ਵੀ ਕਰਦਾ ਤੇ ਸਦਾ ਕਰਦਾ ਰਹੇਗਾ। ਮੇਰੀ ਗੱਲ ਧਿਆਨ ਨਾਲ ਸੁਣਨਾ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਵੀ ਉਹਨਾਂ ਦੇ ਬਚਨਾਂ ਨੂੰ ਲਾਗੂ ਕਰ ਲਓ, ਐ ਲੱਗੂ ਵੀ ਲਾਗੂ ਕਰਨ ਸਾਰ ਕਮਾਉਣ ਸਾਰ ਆਸ਼ੀਰਵਾਦ ਹੀ ਮਿਲ ਗਿਆ, ਕਿੰਨੀ ਸੋਹਣੀ ਬਣ ਗਈ ਸਾਡੀ ਜ਼ਿੰਦਗੀ, ਕਿੰਨਾ ਸੋਹਣਾ ਬਣ ਗਿਆ ਜੀਵਨ ਸਾਡਾ, ਇਹ ਆਸ਼ੀਰਵਾਦ ਹੈ ਉਹਨਾਂ ਦਾ। ਭਰਾਵੋ ਭੈਣੋ, ਫੋਟੋ ਲਾਓ ਚਾਹੇ ਨਾ ਲਾਓ, ਪੱਗ ਵਾਲੀ ਕਿਸੇ ਨੇ ਨੈੱਟ ਤੇ ਬਣਾ ਦਿੱਤੀ ਉਹ ਲਾ ਦਿੱਤੀ, ਚਾਹੇ ਪੱਗ ਤੋਂ ਬਿਨਾਂ ਨੰਗੇ ਸਿਰ ਵਾਲੀ ਫੋਟੋ ਲਾ ਦਿਓ। ਵੇਖਿਓ ਫਿਜ਼ੀਕਲੀ ਸਟਰਕਚਰ ਭਗਤ ਰਵਿਦਾਸ ਜੀ ਦਾ ਜਿੱਦਾਂ ਦਾ ਮਰਜ਼ੀ ਬਣਾ ਲਓ, ਇਹ ਮਸਲਾ ਨਹੀਂ, ਉਹਨਾਂ ਦੀ ਸੋਚ ਨਾ ਬਦਲਿਓ, ਇਹ ਬੜਾ ਵੱਡਾ ਮਸਲਾ ਹੈ। ਉਹਨਾਂ ਦੀ ਵਿਚਾਰਧਾਰਾ ਹੀ ਬਦਲਤੀ, ਪੱਗ ਬਦਲੋ ਨਾ ਬਦਲੋ, ਬੰਨੋ ਨਾ ਬੰਨੋ, ਇਹ ਚੈਪਟਰ ਨਹੀਂ ਹੈ, ਚੈਪਟਰ ਇਹ ਹੈ ਕਿ ਉਹਨਾਂ ਦੀ ਸੋਚ ਨਾ ਬਦਲੋ, ਉਹਨਾਂ ਦੀ ਇੱਕ ਵਿਚਾਰਧਾਰਾ ਹੈ ਜਿਹੜੀ ਆਸ਼ੀਰਵਾਦ ਦੇਣ ਵਾਲਿਆਂ ਦੇ ਵਿਰੁੱਧ ਹੈ, ਮੱਥੇ ਟਿਕਾਉਣ ਵਾਲਿਆਂ ਦੇ ਵਿਰੁੱਧ ਹੈ, ਪੁਜਾਰੀ ਢਾਂਚੇ ਦੇ ਵਿਰੁੱਧ ਹੈ, ਆਰਤੀਆਂ ਕਰਨ ਵਾਲਿਆਂ ਦੇ ਵਿਰੁੱਧ ਹੈ, ਜੋਤਾਂ ਲਾਉਣ ਵਾਲਿਆਂ ਦੇ ਵਿਰੁੱਧ ਹੈ। ਉਹਨੂੰ ਤੁਸੀਂ ਰੱਖ ਲਓ ਵੀ ਇਹ ਤੇ ਠੀਕ ਹੈ ਸਾਰਾ ਕੁਝ, ਫਿਰ ਤੇ ਬੜੀ ਵੱਡੀ ਪ੍ਰੋਬਲਮ ਹੈ। ਫਿਰ ਭਗਤ ਰਵਿਦਾਸ ਜੀ ਚੇਤਾ ਰੱਖਿਓ, ਗੁਰੂ ਰਵਿਦਾਸ ਕਹਿ ਲਓ, ਪੂਜੇ ਤੇ ਜਾਣਗੇ ਸਮਝੇ ਨਹੀਂ ਜਾਣਗੇ, ਮੱਥੇ ਤੇ ਟਿਕਣਗੇ ਉਹਨਾਂ ਦੇ ਨਾਂ ਤੇ ਗੋਲਕਾਂ ਤੇ ਲੱਗ ਜਾਣਗੀਆਂ, ਪਰ ਕ੍ਰਾਂਤੀਕਾਰੀ ਯੋਧਿਆਂ ਸੂਰਵੀਰਾਂ ਦੇ ਨਾਂ ਵਿੱਚ ਨਾਮ ਸ਼ਾਮਲ ਨਹੀਂ ਹੋਣਾ, ਸਾਡੀਆਂ ਨਲੈਕੀਆਂ ਕਰਕੇ, ਸਾਡੀਆਂ ਗਲਤੀਆਂ ਕਰਕੇ ਉਹਨਾਂ ਦਾ ਨਾਮ ਆਉਣਾ ਚਾਹੀਦਾ।
ਵੀ ਜਿਨ੍ਹਾਂ ਨੇ ਸਮਾਜ ਸੁਧਾਰਨ ਲਈ ਇੰਨੇ ਕਮਾਲ ਦੇ ਨੁਕਤੇ ਦਿੱਤੇ ਇੰਨੇ 100 ਸਾਲ ਪਹਿਲਾਂ ਸਿੱਧੀ ਟੱਕਰ ਲੈ ਲਈ ਕਿਹੜੇ ਹੋ ਤੁਸੀਂ ਮਾਨ ਕਰਦੇ ਹੋ ਵੀ ਅਸੀਂ ਵੀ ਪੜ੍ਹ ਸਕਦੇ ਹਾਂ ਅਸੀਂ ਗ੍ਰੰਥ ਪੜਾਂਗੇ ਅਸੀਂ ਕਿਤਾਬਾਂ ਪੜਾਂਗੇ ਤੁਹਾਨੂੰ ਪੜਨ ਦਾ ਹੱਕ ਨਹੀਂ ਤੁਹਾਨੂੰ ਵਿਦਿਆ ਲੈਣ ਦਾ ਹੱਕ ਨਹੀਂ ਉਹਨਾਂ ਨੇ ਕਿਹਾ ਆਪਣ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਐਡੀ ਸਟੇਟਮੈਂਟ ਵੱਡੀ ਦੇਣੀ ਕਹਿੰਦੇ ਰੱਬ ਤੁਹਾਡੇ ਪਿਓ ਦਾ ਨਹੀਂ ਆਪਣ ਬਾਪੈ ਨਾਹੀਂ ਕਿਸੇ ਕੋ ਤੁਹਾਡੇ ਪਿਓ ਦਾ ਤੁਸੀਂ ਮੱਲਾ ਮਾਰੀ ਫਿਰਦੇ ਆ ਵੀ ਸਾਨੂੰ ਹੀ ਅਸੀਂ ਹੀ ਕਰ ਸਕਦੇ ਹਾਂ ਨਹੀਂ 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 ਜਿਹੜਾ ਮਰਜ਼ੀ ਵੀਰੋ ਵੇਖਿਓ ਸੁਣੋ ਇੱਥੇ ਬੰਦਾ ਕਵੇ ਪਰੇ ਜਾ ਕੇ ਬਹਿ ਉਹ ਬਾਹਰ ਨਿਕਲ ਕੇ ਬਹਿ ਤੂੰ ਛੋਟੀ ਜਾਤ ਦਾ ਤੂੰ ਵੱਡੀ ਜਾਤ ਦਾ ਅਗਲਾ ਨਾ ਦਰਖਤ ਲਾਵੇ ਕਵੇ ਆ ਜਾ ਬਰਾਬਰ ਮੇਰੇ ਆ ਕੱਦੂਆਂ ਦੀਆਂ ਵੇਲਾਂ ਲੱਗੀਆਂ ਲਾਉਣ ਇਹ ਬੀਜ ਬੀਜ ਤਾਂ ਆ ਮੈਂ ਪਾਤਾ ਪਾਣੀ ਸ਼ਰਤ ਮੈਂ ਪੂਰੀ ਕਰਤੀ ਵੇਖੀ ਵੱਲਾਂ ਵੀ ਆਉਣੀਆਂ ਨੇ ਤੇ ਕੱਦੂ ਵੀ ਲੱਗਣੇ ਨੇ ਤੋਰੀਆਂ ਵੀ ਲੱਗਣੀਆਂ ਨੇ ਇਹਨੇ ਮੈਨੂੰ ਵੀ ਬਰਾਬਰ ਦੇਣਾ ਇਹ ਤੇਰੇ ਪਿਓ ਦਾ ਨਹੀਂ ਰੱਬ ਕੁਦਰਤ ਦਾ ਨਿਯਮ ਲਾਅ ਆਫ ਨੇਚਰ ਇਹ ਸਾਰਿਆਂ ਲਈ ਬਰਾਬਰ ਹੈ ਇੱਥੇ ਜਿਹੜਾ ਚਾਹੇ ਵੱਡਾ ਹੋ ਸਕਦਾ ਹੈ ਜਿਹੜਾ ਚਾਹੇ ਸਮਝਦਾਰ ਹੋ ਸਕਦਾ ਹੈ ਜਿਹੜਾ ਚਾਹੇ ਜ਼ਿੰਦਗੀ ਸੋਹਣੀ ਜੀ ਸਕਦਾ ਹੈ ਇਹ ਭਗਤ ਰਵਿਦਾਸ ਮਹਾਰਾਜ ਕਮਾਲ ਦੇ ਐਸੀ ਪਰਸਨੈਲਿਟੀ ਤੇ ਜਦੋਂ ਉਹਨਾਂ ਦੇ ਨਾਂ ਉੱਤੇ ਆਰਤੀਆਂ ਦਾ ਵਿਰੋਧ ਕਰਨ ਵਾਲੇ ਭਗਤ ਜੀ ਦੇ ਸ਼ਬਦਾਂ ਨੂੰ ਅਸੀਂ ਭੁੱਲ ਕੇ ਉਹਨਾਂ ਦੀਆਂ ਹੀ ਆਰਤੀਆਂ ਕਰਾਂਗੇ ਉਹਨਾਂ ਦੇ ਨਾਂ ਤੇ ਜੋਤਾਂ ਲਾਵਾਂਗੇ ਤੇ ਮੈਂ ਸੱਚ ਕਹਿ ਰਿਹਾ ਕਿਤੇ ਵੀ ਬੈਠੇ ਹੋਏ ਅੱਖ ਚੋਂ ਪਾਣੀ ਆ ਜੂ ਉਹ ਲਾਂ ਦਿਓ ਕਰਨ ਕੀ ਲੱਗ ਗਏ ਤੁਸੀਂ ਮੈਂ ਕਿੰਨੀ ਵਾਰ ਕਿਹਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਵੇਖ ਕੇ ਸਭ ਤੋਂ ਵੱਧ ਜੇ ਗੁਰੂ ਨਾਨਕ ਅੱਜ ਆ ਜਾਣ ਤੇ ਜੇ ਉਹਨਾਂ ਨੇ ਡਾਂਗ ਚੁੱਕਣਗੇ ਤੇ ਸਿੱਖਾਂ ਤੇ ਚੁੱਕਣਗੇ ਜੇ ਜੁੱਤੀ ਫੇਰਨਗੇ ਸਾਨੂੰ ਝਿੜਕਣਗੇ ਨਹੀਂ ਜੁੱਤੀ ਪਊ ਸਾਡੇ ਜੁੱਤੀਆਂ ਫੇਰਨਗੇ ਵੀ ਤੁਸੀਂ ਬੰਦੇ ਹੋ ਮੈਂ ਇੰਨੀ ਮਿਹਨਤ ਕੀਤੀ ਇੰਨਾ ਕੁਝ ਕਰਕੇ ਗਿਆ ਮੈਂ ਕਿੰਨਾ ਫਿਰਦਾ ਰਿਹਾ ਪੈਰਾਂ 'ਚ ਕੰਡੇ ਵੱਜਦੇ ਰਹੇ ਆ ਲੋਕਾਂ ਪੱਥਰ ਮਾਰੇ ਐ ਕਿੰਨਾ ਕੁਝ ਲੋਕਾਂ ਨੇ ਕਿਹਾ ਸੀ ਬਰਦਾਸ਼ਤ ਕੀਤਾ ਤੇ ਤੁਸੀਂ ਕੀਤਾ ਕੀ ਆਰਤੀਆਂ ਮੇਰੀਆਂ ਹੀ ਲੱਗ ਗਏ ਕਰਨ ਤੁਸੀਂ ਸਮਝਣ ਦੀ ਬਜਾਏ ਮੈਨੂੰ ਪੂਜਣ ਲੱਗ ਗਏ ਤੁਸੀਂ ਮੈਂ ਹੁਣ ਮੰਨ ਲਓ ਪੰਗਾ ਲੈ ਕੇ ਬੈਠਾ ਸਾਰਿਆਂ ਨਾਲ ਤੇ ਇੱਥੇ ਤੁਸੀਂ ਮੈਨੂੰ ਆਓ ਤੇ ਮੇਰੇ ਪੈਰ ਤੇ ਰੱਖ ਕੇ ਮੱਥਾ ਟੇਕ ਕੇ ਤੇ ਘਰ ਨੂੰ ਮੁੜ ਜਾਓ ਮੇਰਾ ਤੇ ਬੇੜਾ ਗਰਕ ਹੋ ਗਿਆ ਨਾ ਫਿਰ ਗੱਲ ਨਹੀਂ ਸੁਣੀ ਸਮਝਿਆ ਹੀ ਨਹੀਂ ਕੀ ਫਾਇਦਾ ਹੋਇਆ ਸਾਡਾ ਮਿਹਨਤ ਕੀਤੀ ਦਾ ਤਾਂ ਕਰਕੇ ਜੇ ਤੁਸੀਂ ਸਮਝਣਾ ਹੀ ਨਹੀਂ ਤੇ ਗੁਰੂ ਨਾਨਕ ਜੀ ਦਾ ਕੀ ਫਾਇਦਾ ਹੋਇਆ ਇੰਨੀ ਮਿਹਨਤ ਕੀਤੀ ਦਾ ਤੇ ਜੇ ਸਭ ਤੋਂ ਵੱਡਾ ਕੋਈ ਧੋਖਾ ਕੀਤਾ ਗੁਰੂ ਨਾਨਕ ਦੇ ਸਿੱਖਾਂ ਨੇ ਗੁਰੂ ਨਾਨਕ ਨਾਲ ਕੀਤਾ ਗੁਰੂ ਨਾਨਕ ਦੇ ਪੈਰੋਕਾਰਾਂ ਨੇ ਗੁਰੂ ਨਾਨਕ ਨਾਲ ਕੀਤਾ ਤੇ ਭਗਤ ਰਵਿਦਾਸ ਜੀ ਨੂੰ ਵੀ ਪੁਜਾਰੀਆਂ ਨੇ ਸਭ ਤੋਂ ਵੱਡਾ ਧੋਖਾ ਕੀਤਾ ਭਗਤ ਰਵਿਦਾਸ ਜੀ ਦੇ ਪਿਆਰ ਵਾਲਿਆਂ ਦੀ ਕਮੀ ਨਹੀਂ ਪਰ ਪੂਜਾ ਕਰਨ ਵਾਲਿਆਂ ਨੇ ਬੇੜਾ ਗਰਕ ਕੀਤਾ ਜਿਨ੍ਹਾਂ ਨੇ ਭਗਤ ਰਵਿਦਾਸ ਜੀ ਦੀ ਪੂਜਾ ਵਾਲਾ ਕਨਸੈਪਟ ਲਿਆ ਵੇਖੋ ਸੁਣੋ ਇੱਕ ਹੁੰਦਾ ਸਤਕਾਰ ਇੱਕ ਹੁੰਦਾ ਸਤਕਾਰ ਰਿਸਪੈਕਟ ਉਹ ਤੇ ਭਗਤ ਰਵਿਦਾਸ ਜੀ ਦੀ ਹੈ ਤੇ ਸਦਾ ਲੋਕਾਂ ਦੇ ਮਨ ਵਿੱਚ ਰਵੇਗੀ ਪਰ ਇੱਕ ਹੁੰਦੀ ਹੈ ਪੂਜਾ ਜਦੋਂ ਪੂਜਾ ਦਾ ਸਿਸਟਮ ਚੱਲਦਾ ਹੈ ਉਹ ਪਤਾ ਪੂਜਾ ਦਾ ਮਤਲਬ ਕੀ ਹੈ ਤੇਰੇ ਤੇ ਕਿਰਪਾ ਕਰਨਗੇ ਤੇਰਾ ਆਸ਼ੀਰਵਾਦ ਦੇ ਦੇਣਗੇ ਤੇਰੇ ਮੁੰਡਾ ਹੋ ਜਾਏਗਾ ਤੇਰਾ ਕੰਮ ਬਣ ਜਾਏਗਾ ਇਹ ਪੁਜਾਰੀ ਤੰਤ ਹੈ ਇੱਕ ਹੁੰਦਾ ਹੈ ਭਗਤ ਜੀ ਦੇ ਬਚਨਾਂ ਨੂੰ ਸੁਣ ਲੈ ਅਕਲ ਆ ਜੂ ਸਮਝ ਆ ਜੂ ਜਿਹਦੀ ਜ਼ਿੰਦਗੀ ਸੋਹਣੀ ਬਣ ਜਾਣੀ ਤੇ ਪੁੱਤ ਬਣਦੇ ਇਹਨਾਂ ਦੇ ਯੋਧਿਆਂ ਦੇ ਭਗਤ ਰਵਿਦਾਸ ਜੀ ਦੇ ਪਿੱਛੇ ਜੇ ਨਾ ਸਾਡੇ ਇੱਥੇ ਇੱਕ ਪ੍ਰੋਫੈਸਰ ਗੁਰਨਾਮ ਸਿੰਘ ਨੇ ਮੁਕਤਸਰ ਦੇ ਪ੍ਰੋਫੈਸਰ ਗੁਰਨਾਮ ਸਿੰਘ ਉਹ ਆਪਣੇ ਕਈ ਵੀਰਾਂ ਨੂੰ ਨਾਲ ਲੈ ਕੇ ਮੈਨੂੰ ਮਿਲਣ ਆਏ ਤੇ ਉਹਨਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ ਭਾਰਤੀ ਲੋਕ ਨੀਚ ਕਿਵੇਂ ਬਣੇ ਭਾਰਤੀ ਲੋਕ ਨੀਚ ਕਿਵੇਂ ਬਣੇ ਐਡੀ ਵੱਡੀ ਕਿਤਾਬ ਹੋਣੀ ਘੱਟ ਘੱਟ 1200-1300 ਪੇਜ ਹੋਣਾ ਉਹਦਾ ਵੱਡੀ ਸਾਰੀ ਕਿਤਾਬ ਉਹ ਮੈਨੂੰ ਦੇ ਕੇ ਗਏ ਤੇ ਮੈਂ ਉਹਨਾਂ ਦੀ ਕਿਤਾਬ ਨੂੰ ਵਿੱਚੋਂ ਵਿੱਚੋਂ ਥੋੜਾ ਵੇਖਿਆ ਕਿਉਂਕਿ ਵੱਡੀ ਆ ਉਹਨੂੰ ਪੜ੍ਹਨ ਤੇ ਬੜਾ ਟਾਈਮ ਚਾਹੀਦਾ ਪਰ ਮੈਂ ਵਿੱਚੋਂ ਵਿੱਚੋਂ ਉਹਨੂੰ ਜਿੰਨਾ ਕੁ ਮੈਂ ਨਿਗਾਹ ਮਾਰ ਸਕਿਆ ਮੈਂ ਨਜ਼ਰ ਮਾਰੀ ਮਿਲ ਕੇ ਵੀ ਗਏ ਕਹਿੰਦੇ ਭਾਈ ਸਾਹਿਬ ਤੁਹਾਡਾ ਧੰਨਵਾਦ ਹੈ ਚਲੋ ਤੁਸੀਂ ਵਧੀਆ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਮੈਨੂੰ ਲੱਗਾ ਕਿ ਮਿਹਨਤ ਉਹ ਕਰਦੇ ਆ ਪਰ ਉਸ ਧੰਨਵਾਦ ਮੇਰਾ ਕਰੀ ਜਾਂਦੇ ਆ ਜਿਹੜੀ ਉਹਨਾਂ ਨੇ ਗਰਾਊਂਡ ਤੇ ਕੰਮ ਕੀਤਾ
ਤੇ ਪੂਰੀ ਇੱਕ ਕਿਤਾਬ ਲਿਖ ਕੇ ਪੂਰਾ ਪੂਰਾ ਖੁੱਲ ਕੇ ਦੱਸਿਆ ਵੀ ਭਾਰਤੀ ਲੋਕ ਨੀਚ ਕਿਵੇਂ ਬਣੇ ਉਹਨਾਂ ਦੀ ਬੁੱਕ ਮਿਲਦੀ ਹੈ ਬਹੁਤ ਵੱਡੀ ਕਿਤਾਬ ਹੈ ਜਿਹਦੇ ਕੋਲ ਟਾਈਮ ਹੋਵੇ ਪੜ੍ਹ ਕੇ ਵੇਖਣਾ ਤੇ ਤੁਹਾਨੂੰ ਉਹ ਪੜ੍ਹ ਕੇ ਉਹਨਾਂ ਬੰਦਿਆਂ ਨੂੰ ਮਿਲ ਕੇ ਐ ਲੱਗੂ ਕਿ ਆਹ ਹੈ ਭਗਤ ਰਵਿਦਾਸ ਦਾ ਪੁੱਤ ਆਹ ਕੰਮ ਕਰਦਾ ਉਹਨਾਂ ਲਈ ਆਹ ਇੰਨੇ ਟੇਕਿਆ ਜ਼ਿਕਰੀਆ ਇਹ ਆਪਾਂ ਵੀਡੀਓ ਦੇਖ ਰਹੇ ਸੀ ਤੇ ਵੀਡੀਓ ਦੇ ਵਿੱਚ ਉਹ ਭਗਤ ਰਵਿਦਾਸ ਜੀ ਦੀ ਗੱਲ ਕਰ ਰਹੇ ਸੀ ਕਿ ਵੀ ਲੋਕ ਉਹਨਾਂ ਦੀਆਂ ਤਸਵੀਰਾਂ ਬਣਾ ਕੇ ਤੇ ਮੁਖਤਲਿਫ ਪਖੰਡ ਕਰਕੇ ਨਾ ਉਹਨਾਂ ਨੂੰ ਪੀਰ ਬਾਬੇ ਤੇ ਬਣਾ ਲੈਣਗੇ ਜਾਂ ਉਹਨਾਂ ਦੀ ਪੂਜਾ ਕਰਾ ਲੈਣਗੇ ਜਿਵੇਂ ਲੋਕ ਕਰਦੇ ਨੇ ਜਿਵੇਂ ਆਪਣੇ ਦਰਬਾਰਾਂ 'ਤੇ ਵੀ ਕਰਦੇ ਨੇ ਲੇਕਿਨ ਅਸਲ ਚੀਜ਼ ਜਿਹੜੀ ਹੈ ਨਾ ਉਹ ਛੱਡਦੇ ਜਾ ਰਹੇ ਹਾਂ ਮਤਲਬ ਕਿ ਜਿਹੜੀਆਂ ਰੋਲਾ ਰੋਲਾ ਇਹੋ ਹੀ ਚੱਲਦਾ ਕਿ ਕੋਈ ਭਗਤ ਕਹਿੰਦੇ ਨੇ ਕੋਈ ਗੁਰੂ ਕਹਿੰਦੇ ਨੇ ਉਹਨਾਂ ਨੂੰ ਹਾਂਜੀ ਕਈ ਕਹਿੰਦੇ ਨੇ ਕਿ ਭਗਤ ਨੇ ਕਈ ਕਹਿੰਦੇ ਨੇ ਗੁਰੂ ਨੇ ਲੇਕਿਨ ਕਹਿੰਦੇ ਕਿ ਮੇਨ ਇਹ ਵੇ ਕਿ ਉਹਨਾਂ ਨੇ ਜਿਹੜਾ ਕੁਛ ਫਰਮਾਇਆ ਜਿਹੜੀਆਂ ਉਹਨਾਂ ਦੀਆਂ ਲਰਨਿੰਗ ਨੇ ਉਹਨਾਂ ਦੀ ਸਿੱਖਿਆ ਜਿਹੜੀ ਦਿੱਤੀ ਉਹਨੂੰ ਅਮਲ ਕਰਨਾ ਉਹਨੂੰ ਨਹੀਂ ਸਮਝਦੇ ਉਹਦੇ ਤੇ ਅਮਲ ਨਹੀਂ ਕਰਦੇ ਤੇ ਇਸ ਤਰ੍ਹਾਂ ਦੇ ਜੀ ਤੁਸੀਂ ਤਸਵੀਰ ਦੇ ਉੱਤੇ ਉਹਨੂੰ ਪੱਗ ਪਵਾਤੀ ਉਹ ਉਹਨਾਂ ਨੇ ਆਖਿਆ ਕਿ ਬਾਬਾ ਗੁਰੂ ਨਾਨਕ ਜੀ ਦੀ ਤਸਵੀਰ ਦੇ ਬਾਰੇ ਕਿਹੜਾ ਕਿਸੇ ਨੂੰ ਪਤਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਸੀ ਹਾਂਜੀ ਕਿਵੇਂ ਸੀ ਇਹ ਵੀ ਤੇ ਮਸਵਰਾਂ ਨੇ ਬਣਾਈ ਹੋਈ ਹੈ ਇਹ ਇੱਕ ਆਪਣੀ ਸੋਚ ਨਾਲ ਵੀ ਬਣੀਆਂ ਹੋਈਆਂ ਤਸਵੀਰਾਂ ਨੇ ਕਿਉਂਕਿ 1500 ਦੇ ਵਿੱਚ ਸਨ 1500 ਦੇ ਵਿੱਚ ਕੈਮਰਾ ਜੀ ਯਾਦ ਨਹੀਂ ਸੀ ਹੋਇਆ ਆਪਣੀ ਸੋਚ ਨਾਲ ਬਣੀਆਂ ਜਾਂ ਉਹ ਹੱਥ ਦੇ ਨਾਲ ਨੀ ਉਹ ਪੱਥਰਾਂ ਤੇ ਬਣਾਈ ਜਾਂਦੀ ਬਣਾਈ ਜਾਂਦੀਆਂ ਨੇ ਤੇ ਉਹੋ ਜਿਹੀਆਂ ਨੇ ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਬਾਬੇ ਦਿਖਾਇਆ ਗਿਆ ਗੁਰੂ ਨਾਨਕ ਸਾਹਿਬ ਨੂੰ ਭਗਤ ਰਵਿਦਾਸ ਨੂੰ ਜਾਂ ਜਿੰਨੇ ਵੀ ਗੁਰੂ ਨੇ ਜ਼ਿਆਦਾਤਰ ਨੂੰ ਇਹਨਾਂ ਨੇ ਇਸ ਤਰ੍ਹਾਂ ਬਣਾਇਆ ਕਿ ਜਿਸ ਤਰ੍ਹਾਂ ਉਹ ਇਸ ਤਰ੍ਹਾਂ ਆਸ਼ੀਰਵਾਦ ਹੱਥ ਕਰ ਰਹੇ ਨੇ ਆਸ਼ੀਰਵਾਦ ਮੈਂ ਇੱਕ ਵਾਰੀ ਕਿਸੇ ਦੋਸਤ ਮੈਂ ਵੀਡੀਓ ਨਵੀਆਂ ਨਵੀਆਂ ਬਣਾ ਲੱਗਿਆ ਮੈਂ ਕਿਹਾ ਬਾਬਾ ਗੁਰੂ ਨਾਨਕ ਜੀ ਦਾ ਹੱਥ ਇਸ ਤਰ੍ਹਾਂ ਕਿਉਂ ਹੁੰਦਾ ਤੇ ਇੱਕ ਬੰਦਾ ਉਹਨੇ ਵਾਹਵਾ ਮੇਰੀ ਲਾਈ ਕਹਿੰਦਾ ਤੈਨੂੰ ਇਹਦੇ ਨਾਲ ਕੀ ਭਾਈ ਕੀ ਕਿਵੇਂ ਕੀਤਾ ਬਾਅਦ ਚ ਮੈਨੂੰ ਆਸ ਆਸਾ ਪਤਾ ਚੱਲਿਆ ਕਿ ਉਹਨਾਂ ਨੇ ਆਖਿਆ ਕਿ ਜਿਹੜੀਆਂ ਇਹ ਪੰਜੇ ਉਂਗਲਾਂ ਨਾ ਯਾਨੀ ਕਿ ਜਿਹੜੇ ਪੰਜ ਧਰਮ ਨੇ ਉਹ ਬਰਾਬਰ ਨੇ ਯਾਨੀ ਕਿ ਉਹਨਾਂ ਨੇ ਇਸ ਚੀਜ਼ ਦਾ ਨਹੀਂ ਮੇਰੇ ਹਿਸਾਬ ਨਾਲ ਨਾ ਇਹ ਥੋੜ੍ਹਾ ਜਿਹਾ ਲੋਕ ਮਾਸ਼ਰੇ ਦਾ ਮਾਸ਼ਰਤ ਹੈ ਸਾਡੀ ਜਿਹੜੇ ਪਾਕਿਸਤਾਨ ਹਿੰਦੁਸਤਾਨ ਦੇ ਲੋਕ ਨੇ ਨਾ ਇਹ ਉਹ ਆਸ਼ੀਰਵਾਦ ਨੂੰ ਸਮਝਦੇ ਨੇ ਕਿ ਵੀ ਬਾਬੇ ਦੀ ਦੇਣ ਹੈ ਬਾਬੇ ਦੀ ਦੇਣ ਕਿ ਵੀ ਬਾਬਾ ਸਾਨੂੰ ਇਹ ਚੀਜ਼ ਦੇ ਦੇਗਾ ਜਿਸ ਤਰ੍ਹਾਂ ਉਹ ਵੀਡੀਓ ਦੇ ਵਿੱਚ ਬਾਈ ਰਣਜੀਤ ਸਿੰਘ ਢੱਡੀ ਵਾਲੇ ਗੱਲ ਕਰ ਰਹੇ ਕਿ ਵੀ ਅਸੀਂ ਬਾਬਾ ਤੁਹਾਡੇ 'ਤੇ ਕਿਰਪਾ ਕਰੇਗਾ ਬਾਬਾ ਤੁਹਾਨੂੰ ਆਹ ਦੇ ਦੇਗਾ ਉਹ ਦੇ ਦੇਗਾ ਤੁਸੀਂ ਪੂਜਾ ਤਾਂ ਕਰਾ ਲਓਗੇ ਲੇਕਿਨ ਤੁਹਾਨੂੰ ਇਹ ਚਾਹੀਦਾ ਕਿ ਜੋ ਲਰਨਿੰਗ ਨੇ ਜੋ ਸਿੱਖਿਆ ਜੋ ਉਹਨਾਂ ਨੇ ਦੱਸਿਆ ਕਿ ਇਹ ਕਰਨਾ ਜੇ ਇੰਝ ਕਰਨਾ ਕਰਕੇ ਵਿਖਾਇਆ ਕਿਰਤੀ ਕੀਤੀ ਹੈ ਮਤਲਬ ਕਿ ਜੁੱਤੀਆਂ ਗੰਢ ਦੇ ਰਹੇ ਨੇ ਤੇ ਲੇਕਿਨ ਉਹਨਾਂ ਦਾ ਇਲਮ ਨੌਲੇਜ ਕਿਸ ਲੈਵਲ ਤੇ ਗਿਆ ਉਹਨਾਂ ਨੇ ਇਹ ਦੱਸਿਆ ਕਿ ਬਈ ਜੀ ਜਿਹੜਾ ਇੱਕ ਸਿੱਖ ਹੈ ਜਾਂ ਕੋਈ ਵੀ ਦੁਨੀਆਂ ਦਾ ਬੰਦਾ ਹੈ ਉਹ ਇਲਮ ਹਾਸਲ ਕਰ ਸਕਦਾ ਜਿਹੜੀ ਉਹਨਾਂ ਨੇ ਵਿੱਚ ਬੜੀ ਵੱਡੀ ਸਟੇਟਮੈਂਟ ਦਿੱਤੀ ਕਿ ਉਹਨਾਂ ਦੀ ਉਹਨਾਂ ਨੇ ਉਸ ਦੌਰ ਦੇ ਵਿੱਚ ਇਹ ਗੱਲ ਕਹੀ ਕਿ ਜਿਹੜਾ ਰੱਬ ਹੈ ਉਹ ਤੁਹਾਡੇ ਪਿਓ ਦਾ ਨਹੀਂ ਇਹ ਕਹਿਣਾ ਕੋਈ ਛੋਟੀ ਗੱਲ ਨਹੀਂ ਕਿਉਂਕਿ ਉਹਨਾਂ ਨੇ ਸਾਰਿਆਂ ਦਾ ਸਾਂਝਾ ਰੱਬ ਸਾਰਿਆਂ ਦਾ ਸਾਂਝਾ ਕੋਈ ਵੀ ਬੰਦਾ ਇਲਮ ਨਾਲ ਨੌਲੇਜ ਨਾਲ ਉੱਤੇ ਜਾ ਸਕਦਾ ਬਿਲਕੁਲ ਸਹੀ ਗੱਲ ਇਲਮ ਹਾਸਲ ਕਰ ਸਕਦਾ ਤੇ ਹਰ ਬੰਦੇ ਦਾ ਇਹ ਨਹੀਂ ਕਿ ਬਈ ਇੱਕ ਉੱਚੀ ਜਾਤ 'ਚ ਪੈਦਾ ਹੋਇਆ ਤੇ ਉਹ ਹੀ ਇਲਮ ਹਾਸਲ ਕਰ ਸਕਦਾ ਕਿ ਨੀਚੇ ਵਾਲੀ ਜਾਤ ਦਾ ਨਹੀਂ ਕਰ ਸਕਦਾ ਤੇ ਭਗਤ ਰਵਿਦਾਸ ਦਾ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ ਕੁਛ ਲੋਕ ਕਹਿੰਦੇ ਨੇ ਕਿ ਉਹ ਗੁਰੂ ਨੇ ਕੁਛ ਕਹਿੰਦੇ ਨੇ ਭਗਤ ਨੇ ਤੇ ਪਿੱਛੇ ਜੇ ਇੱਕ ਤੁਸੀਂ ਸੁਣਿਆ ਹੋਣਾ ਕਿ ਇੱਕ ਮਜ਼ਹਬ ਵੀ ਉਹਨਾਂ ਦੇ ਨਾਮ 'ਤੇ ਰਵਿਦਾਸੀਅਨ ਹਾਂ ਰਵਿਦਾਸੀਅਨ ਇੱਕ ਮਜ਼ਹਬ ਸ਼ੁਰੂ ਹੋਇਆ ਜਿਹੜੇ ਉਹਨਾਂ ਦੇ ਮੰਨਣ ਵਾਲੇ ਨੇ ਉਹ ਉਹਨੂੰ ਕਰ ਉਹਨਾਂ ਨੂੰ ਉਹਨਾਂ ਨੇ ਇੱਕ ਮਜ਼ਹਬ ਸ਼ੁਰੂ ਕੀਤਾ ਅਤੇ ਉਹ ਉਹਨਾਂ ਨੂੰ ਹੀ ਮੰਨਦੇ ਨੇ ਉਹ ਮਤਲਬ ਕਿ ਸਿੱਖ ਨਹੀਂ ਮੇਰਾ ਖਿਆਲ ਆਪਣੇ ਆਪ ਉਹ ਆਪਾਂ ਇੰਟਰਵਿਊ ਸੁਣਿਆ ਹਾਂਜੀ ਉਹ ਇੰਟਰਵਿਊ ਸੁਣਿਆ ਜਿਹੜਾ ਉਹ ਚੈਨਲ 'ਤੇ ਮੌਜੂਦ ਹੈ ਅਤੇ ਇਸ ਤਰ੍ਹਾਂ ਹੈ ਕਿ ਉਹਨਾਂ ਦੀਆਂ ਜਿਹੜੀਆਂ ਲਰਨਿੰਗ ਨੇ ਨਾ ਕਿਸੇ ਵੀ ਨੇਕ ਬੰਦੇ ਵਲੀਆਂ ਪੈਗੰਬਰਾਂ ਦੀਆਂ ਇਹ ਨਹੀਂ ਕਿ ਇਸ ਅਸੀਂ ਸਿੱਖਿਜ਼ਮ ਦੀ ਗੱਲ ਕਰਦੇ ਹਾਂ ਮੁਸਲਿਮ ਜ ਵੀ ਐਵੇਂ ਮੁਸਲਮਾਨ ਜਿਹੜੇ ਨੇ ਲੋਕ ਖਵਾਜਾ ਮੋਇਨੁਦੀਨ ਚਿਸ਼ਤੀ ਬਾਬਾ ਫਰੀਦ ਬਾਬਾ ਤਾਜ ਜਾਂ ਬਾਬਾ ਬੁੱਲੇ ਸ਼ਾਹ ਬਾਬਾ ਵਾਰਸ ਸ਼ਾਹ ਬਾਬਾ ਫਰੀਦ ਇਹਨਾਂ ਨੇ ਜੋ ਕੁਛ ਲਿਖਿਆ ਇਹਨਾਂ ਨੇ ਉਹ ਇੰਨਾ ਪੰਜਾਬੀ 'ਤੇ ਕੰਮ ਕੀਤਾ ਹੁਣ ਮੀਆਂ ਵਾਰਸ ਸ਼ਾਹ ਜਾਂ ਬਾਬਾ ਬੁੱਲੇ ਸ਼ਾਹ ਉਹਨਾਂ ਨੇ ਪੰਜਾਬੀ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ ਕਿਉਂਕਿ ਉਹਨਾਂ ਨੇ ਇੰਨਾ ਜ਼ਿਕਰੀਆ ਲਿਟਰੇਚਰ ਲਿਖਤਾ ਨਾ ਕਹਿੰਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਅੰਗਰੇਜ਼ੀ ਅਤੇ ਉਹਨਾਂ ਦੇ ਅੱਗੇ ਕੱਖ ਵੀ ਨਹੀਂ ਉਹ ਭਲਾ ਕਿਵੇਂ ਕਹਿੰਦੇ ਨੇ ਕਿ ਪੰਜਾਬੀ ਦੇ ਵਿੱਚ ਨਾ ਹਰ ਚੀਜ਼ ਵਾਸਤੇ ਇੱਕ ਅਲੱਹਦਾ ਲਫ਼ਜ਼ ਯੂਜ਼ ਕੀਤਾ ਜਾਂਦਾ ਅੱਛਾ ਅੱਛਾ ਮਤਲਬ ਕਿ ਹਰ ਚੀਜ਼ ਦਾ ਨਾਮ ਹੈ ਹਰ ਤਾਸੁਰ 'ਚ ਅਸੀਂ ਤੁਸੀਂ ਕੋਈ ਵੀ ਗੱਲ ਕਰਦੇ ਜੇ ਹਰ ਚੀਜ਼ ਦਾ ਇਹ ਨਹੀਂ ਜਿਵੇਂ ਹੁਣ ਮਤਲਬ ਇਹਦੀ ਗ੍ਰੈਮਰ ਬਹੁਤ ਔਖੀ ਬਹੁਤ ਗ੍ਰੈਮਰ ਜਿਵੇਂ ਹੁਣ ਆਪਾਂ
ਪੰਜਾਬੀ ਦੇ ਵਿੱਚ ਚਾਚੀ ਮਾਮੀ ਨਾਨੀ ਤਾਈ ਪੁੱਪੀ ਹਰ ਵਾਸਤੇ ਅਲੱਗ-ਅਲੱਗ ਅਲੱਗ-ਅਲੱਗ ਹੈ ਤੇ ਇੰਗਲਿਸ਼ ਆਂਟੀ ਇਸ ਲਈ ਬੜੀ ਰਿਚ ਜ਼ਬਾਨ ਹੈ ਤੇ ਉਹਨਾਂ ਨੇ ਇਲਮ ਸਿਖਾਇਆ ਮੁਸਲਮਾਨ ਬਾਬਿਆਂ ਨੇ ਵੀ ਬਾਬੇ ਕਹਿ ਲਓ ਜਾਂ ਵਲੀ ਕਹਿ ਲਓ ਤੇ ਸਿੱਖਇਜ਼ਮ ਦੇ ਵਿੱਚ ਵੀ ਬਾਬਾ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਰਵਿਦਾਸ ਗੁਰੂ ਰਾਮਦਾਸ ਉਹਨਾਂ ਨੇ ਜਾਤ ਪਾਤ 'ਤੇ ਕੰਮ ਕੀਤਾ ਕਿ ਲੋਕਾਂ ਨੂੰ ਦੱਸਿਆ ਕਿ ਜਾਤ ਪਾਤ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਯਾਨੀ ਕਿ ਮੇਨ ਪੁਆਇੰਟ ਮੇਨ ਮੁੱਦਾ ਇਹ ਹੋਈ ਹੈ ਕਿ ਰਿਜ਼ਲਟ ਇੰਨਾ ਹੋਈ ਹੈ ਕਿ ਤੁਸੀਂ ਬਗੈਰ ਕਿਸੇ ਦੇ ਐਪ ਕੱਢਿਆ ਤੁਸੀਂ ਇਹ ਦੇਖੋ ਕਿ ਉਹ ਜਿਹੜੀ ਵੀ ਕੋਈ ਵੱਡੀ ਪਰਸਨੈਲਿਟੀ ਹੈ ਜਾਂ ਕੋਈ ਭਗਤ ਹੈ ਜਾਂ ਕੋਈ ਗੁਰੂ ਹੈ ਉਹਦੀ ਤਾਲੀਮ ਕੀ ਹੈ ਤਾਲੀਮ ਕੀ ਉਹ ਲੋਕਾਂ ਨੂੰ ਕੀ ਦੇਣਾ ਚਾਹੁੰਦੇ ਨੇ ਹਾਂਜੀ ਉਹਨੂੰ ਫਾਲੋ ਕਰ ਬਾਕੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਤਸਵੀਰਾਂ ਫੋਟੋਆਂ ਬਣਾਉਣੀਆਂ ਇਹ ਹੈ ਹੀ ਗਲਤ ਨਹੀਂ ਉਹਨਾਂ ਨੇ ਸਹੀ ਕਿਹਾ ਇਹ ਇਸਲਾਮ ਧਰਮ 'ਚ ਵੀ ਇਹ ਵਾਕਈ ਹੀ ਹੈ ਜੇ ਇਸਲਾਮ 'ਚ ਵੀ ਇਹ ਮਨਾ ਇੱਥੋਂ ਤੱਕ ਇਸਲਾਮ 'ਚ ਤਾਂ ਕਿਹਾ ਜਾਂਦਾ ਕਿ ਤਸਵੀਰ ਬਣਾਉਣਾ ਹੀ ਮਨਾ ਉਹ ਹੁਣ ਕੁਛ ਲੋਕ ਕਹਿੰਦੇ ਨੇ ਕਿ ਨਹੀਂ ਤਸਵੀਰ ਫੋਟੋ ਕੈਮਰੇ ਵਾਲੀ ਹੋ ਰਹੇ ਅਤੇ ਵੈਸੇ ਵੀ ਇਸਲਾਮ ਦੇ ਵਿੱਚ ਅਗਰ ਕਿਸੇ ਨਵੀਂ ਪੈਗੰਬਰ ਦੀ ਫੋਟੋ ਬਣਾਈਏ ਤਾਂ ਉਹਨੂੰ ਬਹੁਤ ਗਲਤ ਕਿਹਾ ਜਾਂਦਾ ਬਿਲਕੁਲ ਅਤੇ ਬਣਾ ਹੀ ਨਹੀਂ ਸਕਦੇ ਨਾਕਾਬਲੇ ਜੁਰਮ ਗੁਨਾਹ ਯਾਨੀ ਕਿ ਜੁਰਮ ਹੈ ਹਾਂਜੀ ਇਹ ਬਹੁਤ ਵੱਡਾ ਜੁਰਮ ਹੈ ਵੱਡਾ ਜੁਰਮ ਹੈ ਤੇ ਪੈਗੰਬਰਾਂ ਦੀ ਤਸਵੀਰ ਨਹੀਂ ਬਣਾ ਸਕਦੇ ਮਿਲਣੇ ਦੋਸਤ ਨਵੀਂ ਬਹੁਤ ਅੱਛੀ ਵੀਡੀਓ ਤੁਸੀਂ ਆਈਆ ਲੈ ਕੇ ਆਏ ਸੀ ਮਿਲਣੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਦੁਆਵਾਂ 'ਚ ਯਾਦ ਰੱਖਿਆ ਜੇ ਅੱਲਾਹ ਨਵੀਂ ਵੀਡੀਓ ਦਾ ਅੱਲਾਹ ਨਿਗਹਿਬਾਨ।